Hello everyone, welcome to the session. ਅੱਜ ਦੀ ਕਲਾਸ ਆਪਾਂ ਪੜ੍ਹਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 5th ਕਲਾਸ ਦੀ ਮੈਥਸ ਦੀ ਕਿਤਾਬ ਤੇ ਉਹਦਾ 6th ਚੈਪਟਰ ਮੈਜਰਮੈਂਟ ਤੇ ਅੱਜ ਚਰਚਾ ਕਰਾਂਗੇ ਉਹਦੀ 5th ਐਕਸਰਸਾਈਜ਼ 6.5 ਬਾਰੇ। ਤਾਂ ਚਲੋ ਸ਼ੁਰੂ ਕਰਦੇ ਹਾਂ। ਇੱਥੇ ਉਹਨਾਂ ਨੇ ਕਿਹਾ ਹੈ ਦ ਕਾਸਟ ਆਫ 1 ਮੀਟਰ ਕਲੋਥ ਇਸ ਐਨੀ, ਦੇਅਰ ਆਰ 20 ਐਂਡ ਦੇਅਰ ਇਸ 24 ਮੀਟਰ ਕਲੋਥ। ਇੱਕ ਦੀ ਦਿੱਤੀ ਹੋਈ ਹੈ, ਜ਼ਿਆਦਾ ਦੀ ਕੱਢਣੀ ਹੈ। ਜਦ ਮੈਂ ਦੱਸਿਆ ਸੀ ਜ਼ਿਆਦਾ ਦੀ ਕੱਢਣੀ ਹੋਏ ਤਾਂ ਮਲਟੀਪਲਾਈ ਕਰਦੇ ਹਾਂ, ਜੇ ਜ਼ਿਆਦਾ ਦੀ ਦਿੱਤੀ ਹੋਈ ਤੇ ਘੱਟ ਦੀ ਕੱਢਣੀ ਹੈ ਤਾਂ ਡਿਵਾਈਡ ਕਰਦੇ ਹਾਂ। ਤੇ ਇਹਨੂੰ ਕਿਵੇਂ ਸੋਲਵ ਕਰਾਂਗੇ? ਕਾਸਟ ਆਫ 1 ਮੀਟਰ ਕਲੋਥ ਉਹ ਇੰਨੇ ਰੁਪੀਸ ਹੈ, ਠੀਕ ਹੈ। ਇੱਥੇ ਇਹ ਡਾਟ ਹੈ, ਪੁਆਇੰਟ ਹੈ। ਕਾਸਟ ਆਫ 20 ਮੀਟਰ ਕਲੋਥ ਕਿੰਨਾ ਹੋ ਜਾਏਗਾ? ਮਲਟੀਪਲਾਈ ਕਰ ਦਾਂਗੇ, ਸਿੰਪਲ ਮਲਟੀਪਲਾਈ ਕਰ ਲਓ 24 ਦੇ ਨਾਲ। ਮੰਨ ਲਓ ਮਲਟੀਪਲਾਈ ਕਰਕੇ ਆਨਸਰ ਆ ਰਿਹਾ। ਹੁਣ ਡੈਸੀਮਲ ਤੋਂ ਬਾਅਦ ਦੋ ਡਿਜਿਟ ਨੇ, ਇੱਥੇ ਦੋ ਡਿਜਿਟ ਛੱਡ ਕੇ ਡੈਸੀਮਲ ਲਾ ਦੋਗੇ, ਇਹ ਆ ਜਾਏਗਾ ਇੰਨੇ ਰੁਪੀਸ, ਜਿਹੜਾ ਆਨਸਰ ਆ ਜਾਏਗਾ ਮਲਟੀਪਲਾਈ ਕੀਤਾ। ਈਜ਼ੀ, ਅੱਗੇ ਚੱਲਦੇ ਆ। ਦ ਵੇਟ ਆਫ ਅ ਬਾਕਸ ਆਫ ਮੈਂਗੋਸ, ਅੰਬ ਦਾ ਜਿਹੜਾ ਭਾਰ ਹੈ ਇੱਕ ਡੱਬੇ ਦਾ ਇੰਨਾ ਹੈ। ਅ ਸ਼ਾਪਕੀਪਰ ਵਾਂਟਸ ਟੂ ਮੇਕ 6 ਪੈਕੇਟਸ ਆਊਟ ਆਫ ਇਟ, ਇਹਦੇ ਵਿੱਚੋਂ 6 ਪੈਕੇਟ ਕੱਢਨੇ ਨੇ, ਇੰਨੇ ਕਿਲੋ ਅੰਬ ਹੈ, ਠੀਕ ਹੈ। ਇੱਕ ਡੱਬੇ ਦਾ ਮਤਲਬ ਜਿਹੜਾ ਭਾਰ ਹੈ ਉਹ ਇੰਨਾ ਦਿੱਤਾ, ਇੰਨੇ ਕੇਜੀ ਹੈ, ਇਹਦੇ ਵਿੱਚੋਂ 6 ਪੈਕੇਟ ਕੱਢਨੇ ਨੇ। ਹਾਊ ਮੈਨੀ ਕਿਲੋਗ੍ਰਾਮਸ ਆਫ ਮੈਂਗੋਸ ਵਿਲ ਬੀ ਦੇਅਰ ਇਨ ਈਚ ਪੈਕੇਟ, ਹਰੇਕ ਡੱਬੇ ਹਰੇਕ ਪੈਕੇਟ ਜਿਹੜਾ ਬਣੇਗਾ ਉਹਦੇ ਵਿੱਚ ਕਿੰਨੇ ਕਿਲੋ ਅੰਬ ਜਿਹੜੇ ਹੈਗੇ ਨੇ ਉਹ ਹੋਣਗੇ, ਠੀਕ ਹੈ। ਹੁਣ ਦੇਖੋ ਇਹਦੇ ਵਿੱਚ ਇਹਨੂੰ ਕਿਵੇਂ ਸੋਲਵ ਕਰਾਂਗੇ ਆਪਾਂ। ਪਹਿਲੇ ਮੈਂ ਲਿਖਾਂਗੀ ਵੇਟ ਆਫ ਦ ਬਾਕਸ ਆਫ ਮੈਂਗੋਸ, ਟੋਟਲ ਭਾਰ ਇੰਨਾ, ਇੰਨੇ ਕੇਜੀ ਹੈ। ਨੰਬਰ ਆਫ ਪੈਕੇਟਸ ਜਿੰਨੇ ਬਣਾਉਣੇ ਨੇ 6, ਮੰਨ ਲਓ ਸਿੰਪਲ ਐਗਜ਼ਾਮਪਲ ਵੀ ਇੱਕ ਡੱਬੇ ਦਾ ਭਾਰ ਜਿਹੜਾ ਹੈ ਉਹ ਹੈਗਾ 10 ਕੇਜੀ, ਇਹਦੇ ਵਿੱਚੋਂ 2 ਪੈਕੇਟ ਬਣਾਉਣੇ ਨੇ, ਮੈਂ 2 ਪੈਕੇਟ ਕੱਢਨੇ ਨੇ, ਤਾਂ ਤੁਸੀਂ ਕਿਵੇਂ ਕੱਢੋਗੇ ਕਿੰਨੇ ਭਾਰ ਦੇ ਹੋਣਗੇ? 10 ਡਿਵਾਈਡਡ ਬਾਈ 2, ਜਾਂ ਮੰਨ ਲਓ 8 ਕੇਜੀ ਦਾ ਪੈਕੇਟ ਹੈਗਾ ਉਹਦੇ ਵਿੱਚੋਂ ਤੁਹਾਨੂੰ ਕਿਹਾ ਹੈ ਵੀ ਤੁਸੀਂ 4 ਡੱਬੇ ਜਿਹੜੇ ਨੇ ਕੱਢਨੇ ਨੇ, ਹਰੇਕ ਡੱਬੇ ਦਾ ਕਿੰਨਾ ਭਾਰ ਹੋਏਗਾ, ਜਿੰਨਾ ਟੋਟਲ ਵੇਟ ਹੈ ਉਹਦੇ ਵਿੱਚੋਂ ਜਿੰਨੇ ਪੈਕੇਟ ਕੱਢੇ ਜਾਣਗੇ ਉਹੀ ਕਰਾਂਗੇ। ਇੱਥੇ ਵੀ ਮੈਂ ਉਹੀ ਕੀਤਾ, ਟੋਟਲ ਭਾਰ ਡਿਵਾਈਡਡ ਬਾਈ ਨੰਬਰ ਆਫ ਪੈਕੇਟਸ ਜਿੰਨੇ ਸਾਨੂੰ ਚਾਹੀਦੇ ਨੇ, ਡਿਵਾਈਡ ਕਰਦੇ ਹਾਂ 32.4 ਨੂੰ 6 ਦੇ ਨਾਲ। 6 5 30, 5 ਆ ਗਿਆ, 30 2 ਬਚ ਗਿਆ। ਹੁਣ ਡੈਸੀਮਲ ਟੱਪਣਾ ਹੈ ਤਾਂ ਇੱਥੇ ਡੈਸੀਮਲ ਆ ਗਿਆ, ਇੱਥੇ 24 ਬਣ ਗਿਆ। 6 4 24, ਯਾਨੀ ਕਿ ਹਰੇਕ ਡੱਬੇ ਦਾ ਕਿੰਨਾ ਭਾਰ ਹੋ ਜਾਏਗਾ? 5.4 ਕੇਜੀ। ਮੈਂ ਇੱਥੇ ਲਿਖ ਦਿੰਦੀ ਆ ਵੇਟ ਆਫ ਮੈਂਗੋਜ਼ ਇਨ ਈਚ ਬਾਕਸ ਇਜ਼ ਇਕੁਅਲ ਟੂ 5.4 ਕੇਜੀ ਆਨਸਰ। ਅੱਗੇ ਚੱਲਦੇ ਆ। ਅ ਵੈਸਲ ਕੰਟੇਨਸ, ਇੱਕ ਬਰਤਨ ਦੇ ਵਿੱਚ ਇੰਨਾ ਆਇਲ ਹੈ, ਇਟ ਇਜ਼ ਪੋਰਡ ਇਨ ਟੂ 5 ਸਮਾਲ ਕੰਟੇਨਰਸ, ਇਹ ਪੂਰਾ ਜਿੰਨਾ ਤੇਲ ਸੀ ਇਹ 5 ਅਜਿਹੇ ਬਰਤਨਾਂ ਵਿੱਚ ਕੱਢ ਦਿੱਤਾ ਗਿਆ। ਉਹ ਇਸ ਕੱਢਣ ਲਈ ਕਿਹਾ ਵੀ ਕਿੰਨਾ ਆਇਲ ਹੋਏਗਾ ਹਰੇਕ ਦੇ ਵਿੱਚ, ਸੇਮ ਜਿਵੇਂ ਉੱਤੇ ਕੀਤਾ ਸੇਮ ਉਹੀ ਪ੍ਰੈਕਟਿਸ ਲੱਗੇਗੀ। ਆਪਾਂ ਇਹ ਕਹਿ ਸਕਦੇ ਹਾਂ ਦ ਕੁਆਂਟਿਟੀ ਆਫ ਮਿਲਕ ਇਨ ਦ ਗਿਵਨ ਵੈਸਲ ਇੰਨਾ ਹੈਗਾ, ਟੋਟਲ ਮਿਲਕ ਇੰਨੇ ਲੀਟਰ ਹੈ। ਨੰਬਰ ਆਫ ਸਮਾਲ ਕੰਟੇਨਰਸ ਉਹ 5 ਹੈਗੇ ਨੇ। ਕੁਆਂਟਿਟੀ ਕਿਵੇਂ ਕੱਢਾਂਗੇ? ਆ ਲਓ 28.5 ਨੂੰ 5 ਦੇ ਨਾਲ ਡਿਵਾਈਡ ਕੀਤਾ, 5 5 25, ਇੱਥੇ ਆ ਗਿਆ, ਮਾਈਨਸ ਕਰੋਗੇ 3। ਹੁਣ ਡੈਸੀਮਲ ਟੱਪਣਾ ਹੈ ਤਾਂ ਇੱਥੇ ਡੈਸੀਮਲ ਆ ਗਿਆ, 7 35,
ਤੇ ਆਪਾਂ ਇਹ ਕਹਿ ਸਕਦੇ ਹਾਂ ਕੁਆਂਟੀਟੀ ਆਫ ਮਿਲਕ ਇਨ ਈਚ ਸਮਾਲ ਕੰਟੇਨਰ ਇਜ਼ ਇਕੁਅਲ ਟੂ 5.7। ਪਿੱਛੇ ਲੀਟਰ ਲਿਖਣਾ ਬਹੁਤ ਜ਼ਰੂਰੀ ਹੈ, ਜੇ ਨਹੀਂ ਲਿਖੋਗੇ ਨੰਬਰ ਕੱਟੇ ਜਾਣੇ। 1 ਬੰਡਲ ਆਫ ਕਾਪੀਜ਼ ਵੇਟਸ ਇੰਨਾ, ਇੱਕ ਬੰਡਲ ਇਦਾਂ ਕਰਕੇ, ਇੱਕ ਬੰਡਲ ਦਾ ਜਿਹੜਾ ਭਾਰ ਹੈ ਉਹ ਇੰਨਾ। 14 ਦਾ ਕਿੰਨਾ ਹੋਏਗਾ? ਇੱਕ ਦਾ ਦਿੱਤਾ ਹੋਇਆ, ਜ਼ਿਆਦਾ ਦਾ ਕੱਢਣਾ ਹੈ, ਕੀ ਕਰਾਂਗੇ? ਮਲਟੀਪਲਾਈ ਕਰਾਂਗੇ ਸਿੰਪਲ। ਆ ਲਓ, ਵੇਟ ਆਫ 1 ਬੰਡਲ ਆਫ ਕਾਪੀਜ਼ ਇੰਨਾ, 14 ਦਾ ਕੱਢਣਾ ਹੈ ਤਾਂ ਸਿੰਪਲ 9.8 ਨੂੰ 14 ਨਾਲ ਮਲਟੀਪਲਾਈ ਕਰੋ, ਇਹ ਆ ਜਾਏਗਾ। ਹੁਣ ਡੈਸੀਮਲ ਤੋਂ ਬਾਅਦ ਇੱਕ ਡਿਜਿਟ ਹੈ, ਇੱਥੇ ਇੱਕ ਡਿਜਿਟ ਛੱਡ ਕੇ ਡੈਸੀਮਲ ਲਾ ਦਿਓ, ਇੰਨੇ ਕੇਜੀ ਆਨਸਰ। ਉਵੇਂ ਹੀ ਦ ਲੈਂਥ ਆਫ ਅ ਸਟਿਕ, ਇੱਕ ਸਟਿਕ ਦੀ ਜਿਹੜੀ ਲੰਬਾਈ ਹੈ ਉਹ ਇੰਨੀ ਹੈ। ਦ ਲੈਂਥ ਆਫ 7 ਸੱਚ ਸਟਿਕਸ ਕਿੰਨੀ ਹੋਏਗੀ? ਸਿੰਪਲ, 7 ਦੀ ਜ਼ਿਆਦਾ ਦੀ ਕੱਢਣੀ ਹੈ, ਮਲਟੀਪਲਾਈ ਕਰ ਦਾਂਗੇ, ਇੱਕ ਦੀ ਇੰਨੀ ਹੈ, 7 ਦੀ ਕਿੰਨੀ ਹੋ ਜਾਏਗੀ, ਮਲਟੀਪਲਾਈ ਕਰ ਦੋਗੇ, 19 ਸੈਂਟੀਮੀਟਰ ਦੇ ਵਿੱਚ ਆਨਸਰ ਆ ਜਾਏਗਾ। ਸਿੰਪਲ ਹੈ, ਜ਼ਿਆਦਾ ਦਾ ਦਿੱਤਾ ਹੋਇਆ ਘੱਟ ਦਾ ਕੱਢਣਾ ਹੈ, ਡਿਵਾਈਡ ਕਰ ਦਿਓ, ਇੱਕ ਦਾ ਦਿੱਤਾ ਹੋਇਆ ਜ਼ਿਆਦਾ ਦਾ ਕੱਢਣਾ ਹੈ, ਮਲਟੀਪਲਾਈ ਕਰ ਦਿਓ। ਇਹ ਸੀ ਅੱਜ ਦੀ ਕਲਾਸ, ਮੈਂ ਉਮੀਦ ਕਰਦੀ ਹਾਂ ਸਾਰਿਆਂ ਨੂੰ ਸਮਝ ਆ ਗਿਆ ਹੋਏਗਾ। ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ। ਫਿਰ ਮਿਲਾਂਗੇ, ਟਿਲ ਦੈਨ ਟੇਕ ਕੇਅਰ, ਬਾਏ ਬਾਏ।